हाँ जी हाँ जी हाँ जी यूट्यूब वाले सत श्रीकाल जी। बहुत टाइम बाद अज तुहानू दर्शन दे रहे हैं। थोड़े जे बिजी सीगे लाइफ दे विच। नाल अज अपने जैला जी बैठे हुए आ। जैला जी ठीक ठाक हो? किदां चलदी है लाइफ? गुड। ठीक ठाक सारा कुछ? हाँ जी भैया। चलो फिर भाई, जेडे अपने वीर भैन भरा जिन्होंने अजे तक नहीं सबसक्राइब किया चैनल नू, वह सबसक्राइब कर लो। तो जिन्होंने किया होया आ वह घंटी वाला सुच दब लो, तो जिन्होंने घंटी वाला सुच भी दब लिया वो कमेंट कर दो। तो हुण आ जाओ फिर आपां तुहानूं दिखाउने आ अगे अज आपां की करदे आ। थोड़ा जिहा बिजी हो गया सी लाइफ 'च, पर अज आपां फ्री हाँ। अज आपां ब्लॉग पाउने आ वधिया, जो जो हुंदा लाइफ 'च तुहानूं दिखाउने आ। चलो फिर ओके जी, कढ लै मास्क। आ जा भाई जल्दी। फिर हूँ आप आ गए हाँ 7-11। चलो चलो ही। थैंक यू। उधर आ जा, उन्हें भी लेनी है अपना कोई ना कोई चीज। बफलो चिकन हां? मैं वेजिटेरियन है यार, तू चिकन खा ले। ओ सच्ची? हां जी हां जी हां जी। ओ यार वेजिटेरियन भी नहीं रोज जा हो। कैन आई एक्सक्यूज मी, कैन आई टेक अबाउट टू ऑफ दिस? कैन आई टेक टू ऑफ बफलो चिकन एंड ओ हैलोपिनो ने आंदे आ हां ले ला एंड टू एंड थ्री ऑफ हैलोपिनो। मैं के खा लूंगा। अच्छा तुसी भी खाना? थ्री एंड थ्री हैलोपिनो। आ यार इधर काम हॉट दो एड्रेस मोकी। ए यार इधर अपना सारे ही हेलो अपना सारे ही जिगाड़मेंट आ। 7-11 तो आप ले आए हाँ। बहुत ही ऐसी चीज़ा है यार इन्हों दी। लोंग वीकेंड का अच्छ देने संडे का, एन शांति है सारे पास। कि स्टिक आई हैं खाने दस पहला हूँ मजा आया ब्रो। हे मैन हाउ यू डूइंग गुड? किन्नी तेरे भरा दे चर्चे आ दे गली गली च, हर कोई कोने कोने च बंदा जानदा तेरे भरा दी इन्नी चढ़ाई आ। समझदा ना, ये कोई माड़ी धीड़ी गल नहीं है कि किते किते समझ लवे। बहुत चढ़ाई आ अपनी भरावा सच्ची ना समझ, मजाक चल रहा। अगलियां लाइटा अगलियां अगली स्ट्रीट ते राइट। ओ अपने आ गए पिंड दे मुंडे। ए ए ए आ खड़ा पल्ला शेरा, बाकी नहीं दो मुंडे पछाण चाहे उन्हें तो यार मित्र ला दे भी गड्डी इतने। इन्होंने भी नहीं पता मैं वीडियो बना रहा। ओ आ जा योदे ओए आ जा। चलो मैं शेर रेडी हाँ। चलो चलो जी रेडी निकलिए। चलो फिर आ जाओ मेरा भरा मेरा ला थले ला गड्डी पहला। आ गड्डी ओ यार BMW दी चाबी दे, BMW दी चाबी यार कढ़नी। हां
ਉਹ ਚਲੀਏ ਫਿਰ ਉਹ ਰੈਡੀ ਹੋ ਫਿਰ ਮੁੰਡਿਓ ਲੱਦ ਹੋ ਗਿਆ ਬੰਦੇ ਸਾਰੇ ਉਹ ਪਿੱਛੇ ਤਿੰਨ ਆ ਚਲੋ ਫਿਰ ਆ ਜਾਓ ਗੱਲਬਾਤ ਸੁਣਾ ਦੋ ਗਿਆ ਸਿਆਲੀ ਫਿਰ ਹੌਲੀ ਹੌਲੀ ਬ੍ਰੇਕ ਇਹਦੇ ਕੁਛ ਨੀ ਹੈਗਾ ਗੱਡੀ ਦਾ ਹੌਲੀ ਹੌਲੀ ਮੇਰਾ ਭਰਾ ਪੂਰੇ ਪਿਆਰ ਨਾਲ ਉਹ ਕੋਈ ਗੱਲਬਾਤ ਸੁਣਾ ਫਿਰ ਮੇਰਾ ਭਰਾ ਯਾਰ ਆਪਾਂ ਚੱਲੇ ਆ ਕਿਤੇ ਪਰ ਹੁਣ ਆਪਾਂ ਜਾ ਕੇ ਦੇਖਾਂਗੇ ਵੀ ਉੱਥੇ ਜਾਣ ਵਾਲੀ ਜਗ੍ਹਾ ਹੈਗੀ ਵੀ ਆ ਹਨਾ ਲੈਫਟ ਕਰ ਲਾ ਲੈਫਟ ਕਰ ਲਾ ਲੈਫਟ ਕਰ ਲਾ ਹਨਾ ਸਹੀ ਹੈ ਨਾ ਜਾ ਕੇ ਕਨਫਰਮ ਕਰਨਾ ਵੀ ਹੈ ਸਾਡੇ ਆਉਣ ਵਾਲੀ ਜਗ੍ਹਾ ਹੈ ਵੀ ਹੈ ਜਾਂ ਨਹੀਂ ਬਸ ਦੈਟਸ ਇਟ ਹੋਰ ਪਿੱਛੇ ਕਿਹਾ ਤਾਂ ਏਜੈਂਟ ਉਹ ਬਾਈ ਏਜੈਂਟ ਬਣਾਓ ਸਾਰੇ ਹੀ ਜਾਣੇ ਯਾਰ ਸਿਰਾ ਲਾਓ ਬਣਾ ਲਾ ਬਣਾ ਲਾ ਬਣਾ ਲਓ ਹੁਣ ਤਾਂ ਤੁਹਾਡੇ ਵਰਕ ਪਰਮਿਟ ਵੀ ਆ ਗਏ ਆ ਪੀ ਆਰ ਦਾ ਕਰੋ ਬਸ ਹੁਣ ਸਿਰਾ ਲਾ ਦਾ ਵਾ ਮੇਰੀ ਗੱਲ ਸੁਣੋ ਤੱਕ ਪਾ ਕੇ ਰੱਖਣੀ ਆ ਆਪਾਂ ਬਸ ਠੀਕ ਹੈ ਨਾ ਬਾਈ ਹੋਰ ਤੁਸੀਂ ਸੁਣ ਠੀਕ ਠਾਕ ਹੋ ਨਵੀਂ ਤਾਂ ਜੀ ਕੋਈ ਮੇਰਾ ਸਹੀ ਹੈ ਨਾ ਪਿਛਲੇ ਤਿੰਨੇ ਬੰਦੇ ਵੀ ਬੋਲੋ ਮੇਰਾ ਭਰਾ ਤੂੰ ਤੇ ਲਾਓ ਪਤਾ ਲੱਗੇ ਤੁਹਾਡਾ ਵੀ ਠੀਕ ਯਾਰ ਤੁਸੀਂ ਪਿੱਛੇ ਬੈਠੇ ਆਲਾ ਫੜੋ ਆਲਾ ਫੜੋ ਮਰ ਜਾਓ ਆਏਗਾ ਪੱਲਾ ਆਏਗਾ ਸ਼ੇਰਾ ਆ ਵੀ ਸ਼ੇਰਾ ਸ਼ੇਰਾ 2.0 ਉਹ ਵੀ ਸ਼ੇਰਾ ਸ਼ੇਰਾ ਦੇ ਸ਼ੇਰਾ ਸ਼ੇਰਾ 2.0 ਤਾਂ ਇਹਦੇ ਗਾਣੇ ਤੇ ਮੈਂ ਫਿਰ ਚੁੱਕ ਜਾਣਾ ਹੋਰ ਕੀ ਕੁੜੀ ਸਾਡੀ ਗੱਡੀ ਚ ਵੱਜ ਕੇ ਬਾਬਾ ਚੜਨ ਲੱਗੀ ਸੀ ਅੱਜ ਬਹੁਤ ਜ਼ਿਆਦਾ ਆ ਬਾਈ ਬਹੁਤ ਰਹਿਮ ਦਿਲ ਇਨਸਾਨ ਆ ਮੈਨੂੰ ਅੱਜ ਪਤਾ ਲੱਗ ਗਿਆ ਇਹ ਬਾਈ ਬਹੁਤ ਜ਼ਿਆਦਾ ਰਹਿਮ ਦਿਲ ਇਨਸਾਨ ਆ ਯਾਰ ਦੇ ਕੁੜੀ ਦੀ ਜਾਨ ਬਚਾਤੀ ਸਾਰ ਹਨਾ ਗੋਵਿੰਦ ਹੈਪੀ ਬਰਥਡੇ ਭਰਾ ਮੇਰੇ ਕਿੰਨੇ ਸਾਲਾਂ ਦਾ ਹੋ ਗਿਆ ਸਹੀ ਹੈ ਸਹੀ ਹੈ ਸਹੀ ਹੈ ਚਲੋ ਕੋਈ ਉਹ ਪਰ ਇਹ ਸਹੀ ਦੱਸਾਂ ਆਪਾਂ ਹੈਗੇ ਸਿੰਗਲ ਸਿੰਗਲ ਲਾਈਫ ਰਿਹਾ ਕਰੋ ਯਾਰ ਸਿੰਗਲ ਲਾਈਫ ਸਿੰਗਲ ਲਾਈਫ ਰਹਿਣਾ ਚਾਹੀਦਾ ਸਿੰਗਲ ਲਾਈਫ ਵਰਗਾ ਕੋਈ ਸਿੰਗਲ ਨਹੀਂ ਹੈਗਾ ਗਾਲ ਨਾ ਨਾ ਗਾਲ ਨਹੀਂ ਮਾਣੀ ਕਿੱਦਾਂ ਓਏ ਗੱਡੀ ਦਾ ਫੜਾ ਕੋਣ ਦੱਸ ਸਾਰੇ ਹੀ ਬੋਲੋ ਸਹੀ ਤਾਂ ਕੀ ਹੋਇਆ ਅਮਰਾ ਇੱਧਰ ਆ ਜਾ ਭਾਈ ਤੁਸੀਂ
ਮੂਡ ਝਾੜਦਾ ਫਿਰ ਗੱਡੀ ਬੈਕ ਕਰਕੇ ਲਾ ਲੈਂਦਾ ਉਹ ਨਹੀਂ ਨਹੀਂ ਸੋਕੇ 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 ਨਹੀਂ ਬੇਬੀ ਆ ਜਾ ਫਿਰ ਬਾਬਾ ਕੀ ਗੱਲ ਹੈ ਬਾਬਾ ਕੀ ਗੱਲ ਹੈ ਦਾਸੂ ਕਾ ਬਾਬਾ ਕੀ ਗਾੜੀ ਹੈ ਦਾਸੂ ਕਾ ਮੈਲਟਨ ਦੇ ਪਹਾੜ ਦੇ ਬੰਦੇ ਹਾਲ ਤੋਂ ਮਾਰੀ ਬਾਬਾ ਕੀ ਗੱਲ ਹੈ ਤੁਹਾਡੇ ਮੈਂ ਨਾ ਪਹਾੜ ਵੀ ਲੈਵਲ ਦੀ ਤੇਜ਼ ਹੋ ਗਿਆ ਇਹ ਗੱਲਬਾਤ ਸੁਣਾ ਫਿਰ ਇਸ ਸੀਨ ਨੂੰ ਦੇਖਦੇ ਹੋਏ ਹੈ ਜੰਗਲਾਂ ਚ ਤਾਂ ਆ ਗਏ ਆ ਪੱਲੇ ਤੂੰ ਸੁਣਾ ਪੱਲੇ ਕੋਈ ਪਿੰਡ ਦੇ ਬੰਦੇ ਦੀ ਗੱਲ ਸੁਣਾ ਦੇ ਚੱਲ ਸ਼ੇਰੇ ਕਿੰਨੇ ਭੈੜੇ ਯਾਰ ਹਾਲੇ ਹੀ ਉਹ ਕਰਾਉਂਗੇ ਹੋ ਕੀ ਗਿਆ ਉਹ ਮੈਂ ਤਾਂ ਸੁਣਿਆ ਬਣ ਕੀ ਕਹਿੰਦਾ ਓ ਭਾਜੀ ਆ ਭਾਈ ਸੌ ਲੱਗਿਆ ਭਾਈ ਨਾ ਉਹ ਸੁਣਿਆ ਹੀ ਨਹੀਂ ਮੈਂ ਤਾਂ ਸੁਣਿਆ ਬਣ ਕੀ ਕਹਿੰਦਾ ਇਹ ਗੱਲ ਕੀਤੀ ਇਹਨਾਂ ਲੋਕਾਂ ਨੇ ਜੰਗਲਾ ਕਾਲਾ ਲਾ ਲਾ ਬਹਿਣੀਆਂ ਸੀ ਗੱਲ ਜਿੰਨੀ ਬੜੀਆਂ ਪੱਤਾ ਕੀ ਹੋ ਗਿਆ ਓਏ ਆ ਕੇ ਜਾ ਗਿਆ ਓ ਹੈ ਮੇਰੀ ਗੱਲ ਸੁਣੋ ਪਹਿਲਾਂ ਕੁਝ ਖਾਣ ਚੱਲਦੇ ਆ ਫਿਰ ਹੈ ਸਮੋਸੇ ਕਿਹੜੇ ਆ ਜਗ੍ਹਾ ਇਹ ਮੈਂ ਦੱਸ ਦਾ ਇਹ ਇਹ ਕੀ ਹੈ ਮੈਨੂੰ ਨਹੀਂ ਪਤਾ ਇੱਥੋਂ ਜੋੜੇ ਮੋੜ ਨੇ ਛਾਲ ਮਾਰੀ ਟਾਊਨ ਆ ਇੱਥੇ ਇਹਨਾਂ ਨੇ ਚਲੋ ਫਿਰ ਨਿਕਲੀ ਆ ਜਾ ਫਿਰ ਉਹ ਫਿਰ ਪੈਰਿਸ ਜਸੋ ਪੈਰਿਸ ਜਾਣਾ ਪੈਰਿਸ ਘੁਮਾ ਦਿੰਦੇ ਕੋਈ ਚੱਕਰ ਨੀ ਹੈਗਾ ਉਹ ਬੈਠੋ ਫਿਰ ਉਹਨੂੰ ਦੇਖਣਾ ਤਾਂ ਹੁਣ ਆਪਾਂ ਚੱਲੇ ਆ ਜੀ ਆ ਪੈਰਾਸ਼ੂਟ ਵਾਲਿਆਂ ਤੋਂ ਉਹ ਚਲੋ ਫਿਰ ਬੈਠੋ ਗੱਡੀ 'ਚ ਉਹ ਚੱਲੀਏ ਪੈਰਾਸ਼ੂਟ ਵਾਲਿਆਂ ਤੋਂ ਚੱਲੀਏ ਆ ਜਾ ਉਹ ਕੱਲ ਨੂੰ ਪੈਰਾਸ਼ੂਟ ਕਰੀਏ ਫਿਰ ਜਾ $300 ਲੱਗਦਾ ਹੈ ਉਹ ਚਲੋ ਫਿਰ ਆ ਜਾਓ ਚਲੋ ਫਿਰ ਆ ਜਾਓ ਕੱਲ ਨੂੰ ਆਪਾਂ ਇਹ ਚੀਜ਼ ਕਰਨੀ ਆ ਆਹ ਸਕਾਈ ਡਾਈਵਿੰਗ ਕਹਿੰਦੇ ਇਹਨੂੰ ਉਹ ਹੁਣ ਚਲੋ ਹੁਣ ਜੇ ਹੋ ਗਈ ਹੁਣ ਹੀ ਕਰ ਲਾਂਗੇ ਚਲੋ ਆ ਜਾਓ ਫਿਰ ਬੈਠੋ 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 ਆ ਜਾਓ ਫਿਰ ਉਹ ਬੈਠੋ ਬਹਿ ਜਾ ਬਹਿ ਜਾ ਮੇਰਾ ਭਰਾ ਸਾਰੇ ਹੀ ਜਾਣੇ ਉਹ ਯਾਰ ਜਿਹਦੇ ਆਪਾਂ ਉਹ ਚੀਜ਼ ਲੈ ਲੈਣੀ ਸੀਗੀ ਨਾਲ ਯਾਰ ਗੋਬਿੰਦ ਹੈਪੀ ਬਰਥਡੇ ਭਰਾ ਮੇਰੇ ਉਹ ਆ ਜਾਓ ਫਿਰ ਦੇਖੀ ਦੀ ਗੱਲ ਬਣਦੀ ਆ ਮਾਰੀਏ ਛਾਲਾਂ ਉਹ ਯਾਰ ਉੱਧਰ ਉਹਨਾਂ ਦੇ ਗੱਡੀਆਂ ਲਾਈਆਂ ਆ ਉਹਨਾਂ ਨੇ ਸਤਾ ਸਾਰਿਆਂ ਨੇ ਆਪਾਂ ਗੱਡੀ ਗਲਤ ਲਾ ਲਈ ਚਲੋ ਮੈਂ ਲੈ ਕੇ ਆਉਣਾ ਉੱਧਰ ਨੂੰ ਚਲੋ ਫਿਰ ਹੈ ਰਹਿੰਦੀ ਹੈ ਫਿਰ ਚਲੋ ਫਿਰ ਆ ਜਾਓ ਗੋਬਿੰਦ ਐਕਸਾਈਟਡ ਆ ਪੂਰਾ ਪੂਰਾ ਬਾਈ ਹੈ ਉਹ ਬਾਈ ਡਰ ਤਾਂ ਨਹੀਂ ਲੱਗਦਾ ਕਿਸੇ ਨੂੰ ਛਾਲ ਮਾਰਨ ਤੋਂ ਗੋਬਿੰਦ ਨੂੰ ਪੁੱਛ ਲਓ ਬਸ ਹੈ ਗੋਬਿੰਦ ਨੂੰ ਤੈਰਨਾ ਪਸੰਦ ਹੈ ਤਰ ਕੀ ਕੀ ਕਰਨਾ ਇਹਨੂੰ ਦੂਜੀ ਡਾਈਵਿੰਗ ਪਸੰਦ ਹੈ ਡਾਈਵਿੰਗ ਅੱਛਾ ਨੋਟੀ ਬੁਆਏ ਆ ਨੋਟੀ ਬੁਆਏ ਆ ਚੈਲੰਜ ਕਰਕੇ ਚੜ ਜਾਂਦੇ ਐਂਡ ਤੇ ਪੈਰਾਸ਼ੂਟ ਕੌਣ ਖੋਲਦਾ ਚਲੋ ਐ ਕਦਾ ਮੁੱਕਰ ਗਿਆ ਹਨ ਇਸ ਤਰ੍ਹਾਂ ਨੂੰ ਚੇਤਾ ਭੁੱਲ ਗਿਆ ਨਾ ਜੇ ਕਿਤੇ ਬੋਲਣ ਦਾ ਉਹ ਨਾਲ ਹੀ ਕਰਾਉਂਦੇ ਹਾਂ ਕਿੰਨੀ ਵਾਰੀ ਆਹੋ ਦੂਜੀ ਆ ਨਹੀਂ ਜਾ ਰਹਾ ਉਹਦੇ ਨਹੀਂ ਜਾ ਹੈ ਪਹਿਲੀ ਵਾਰੀ ਇਕੱਲਿਆਂ ਨੂੰ ਨਹੀਂ ਕਰਾਉਂਦੇ ਹੁੰਦੇ ਉਹ ਨਹੀਂ ਨਹੀਂ ਨਾਲ ਤਾਂ ਜਾਊਗਾ ਇੱਕ ਬੰਦਾ ਜਾਊ ਨਾਲ ਮੇਰੇ ਸਾਰਾ ਭੇਜ ਦੇਣਾ ਨੇ ਇਕੱਲੇ ਨੂੰ ਉਹ ਯਾਰ ਉਹ ਉਧਰ ਨੂੰ ਜਾਈ ਜਾਂਦਾ ਆਪਾਂ ਇਧਰ ਨੂੰ ਜਾਈ ਜਾਂਦੇ ਆ ਉਹ ਆਪਾਂ ਗਲਤ ਆ ਗਏ ਆਪਾਂ ਸਹੀ ਆ ਉਹ ਉੱਧਰ ਹੈ ਜੀ ਸਾਹਮਣੇ
ਆ ਸਕਾਈ ਡਾਈਵਿੰਗ ਵਾਲਿਆਂ ਦੇ ਆਏ ਸੀਗੇ ਯਾਰ ਇੱਧਰ ਇੱਧਰ ਨੂੰ ਰਿਹੋ ਕਹਿੰਦੇ ਜਹਾਜ਼ ਆਉਣ ਵਾਲਾ ਆ ਆਹੋ ਇੱਥੇ ਤਾਂ ਗੱਲ ਨਹੀਂ ਬਣੀ ਪਰ ਚਲੋ ਆਪਾਂ ਖਾਣ ਪੀਣ ਚੱਲਦੇ ਹਾਂ ਕੁਛ ਫਿਰ ਹੁਣ ਹੋਰ ਯਾਰ ਜਿਹੜੇ ਮੇਰੇ ਭਰਾਵਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਹੁਣ ਹਰੇਕ ਹਫ਼ਤੇ ਆਉਣ ਲੱਗ ਪੈਣੀਆਂ ਆ ਅਤੇ ਵੱਡੇ ਵੱਡੇ ਸਰਪ੍ਰਾਈਜ਼ ਵੀ ਆਉਣ ਦੀ ਵੇ ਆ ਅਤੇ ਆਪਣਾ ਸ਼ੀਰਾ ਭਰਾ ਆ ਗਿਆ ਆਪਣੇ ਕੋਲ ਟੈਲੈਂਟ ਦੀ ਤਾਂ ਇਹ ਖਜ਼ਾਨਾ ਆ ਜਿਹੜਾ ਸਾਨੂੰ ਲੱਭ ਚੁੱਕਾ ਆ ਹੁਣ ਅਤੇ ਆਪਾਂ ਬਸ ਹੁਣ ਤੁਹਾਡੇ ਸਾਰਿਆਂ 'ਚ ਖਿਲਾਰ ਦੇਣਾ ਆ ਇਹ ਆਪਾਂ ਇਕੱਲਿਆਂ ਨੇ ਆਪਣੇ ਕੋਲ ਨਹੀਂ ਰੱਖਣਾ ਸਾਰੀ ਦੁਨੀਆ 'ਚ ਵੰਡ ਦੇਣਾ ਇਹ ਸਾਰਿਆਂ ਕਹਿੰਦੇ ਲੈ ਲਓ ਖਜ਼ਾਨਾ ਹੈ ਨਾ ਵੀ ਕੀ ਖਾਣਾ ਪੀਣਾ ਭਰਾ ਮੇਰੇ ਆ ਜਾਓ ਇੱਥੇ ਦੱਸੋ ਕੀ ਵਧੀਆ ਕੀ ਤੁਹਾਡੇ ਇੱਥੇ ਹਮੇਰਟਨ 'ਚ ਤੂੰ ਦੱਸ ਖਾਣਾ ਕੀ ਮੇਰੇ ਭਰਾ ਸਾਰੀ ਚੀਜ਼ਾਂ ਹੀ ਵਧੀਆ ਆ ਹੈ ਦੱਸ ਮੇਰਾ ਭਰਾ ਕੀ ਖਵਾਓ ਦੱਸਾਂ ਮੁੰਡਾ ਕੀ ਖਵਾਈਏ ਫਿਰ ਆ ਬਰਥਡੇ ਬੁਆਏ ਤਾਂ ਪੁੱਛੋ ਕੀ ਖਾਣਾ ਉਹ ਚਲੋ ਚੱਲੀਏ ਫਿਰ ਮੇਰੀ ਗੱਲ ਸੁਣੋ ਚਲੋ ਚੱਲਦੇ ਆ ਫਿਰ ਯਾਰ ਜਹਾਜ਼ ਵਿੱਚ ਪਤਾ ਨੀ ਕਦੋਂ ਚੜ੍ਹਨੇ ਇਹਨਾਂ ਦੇ ਹੈਨਾ ਚਲੋ ਚਲੋ ਆ ਜਾਓ ਨਿਕਲੀਏ ਫਿਰ ਮੇਰਾ ਭਰਾ ਉਹ ਆ ਦੇਖ ਗੱਡੀ ਚਲੋ ਬੈਠੋ 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 ਆ ਜਾਓ ਇਹ ਗੱਡੀ ਨੀ ਇਹ ਛੋਟਾ ਹਾਥੀ ਆ ਆਪਣਾ ਉਹ ਮਿੱਤੋਂ ਚਾਬੀ ਯਾਰ ਚਲੋ ਬੈਠੋ ਫਿਰ ਮੇਰਾ ਭਰਾ ਸਾਰੇ ਜਾਣੇ ਗੱਗੀ ਬੈਠੋ ਯਾਰ ਜੋਧੇ ਚਲੋ ਬੈਠੋ ਚਲੋ ਨਿਕਲੀਏ ਫਿਰ ਆਪਾਂ ਬਰਥਡੇ ਦਾ ਮਨਾਈਏ ਮੁੰਡੇ ਦਾ ਅੱਜ ਹੈ ਮੁੰਡੇ ਹਾਂਜੀ ਹਾਂਜੀ ਬਰਥਡੇ ਦਾ ਮਨਾ ਲਈ ਫਿਰ ਅੱਜ ਆ ਜਾ ਉਹ ਯਾਰ ਆਹ ਤਾਂ ਜਹਾਜ਼ ਹੀ ਜਾਲੀ ਜਿਹਾ ਨਿਕਲਿਆ ਉਹ ਆਪਾਂ ਨੀ ਜਾਣਾ ਇਹ ਜਹਾਜ਼ ਚ ਭਰਾਵਾ ਨਾ 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 ਤਾਂ ਜਹਾਜ਼ ਹੀ ਜਾਲੀ ਜਿਹਾ ਆ ਉਹ ਨਾ ਉਹ ਅਸੀਂ ਨੀ ਜਾਂਦੇ ਉਹ ਆਪਾਂ ਨੀ ਜਾਂਦੇ ਇਹ ਚ ਭਰਾਵਾ ਉਹ ਆਪਾਂ ਨੀ ਜਾਂਦੇ ਇਹ ਚ ਉਹ ਆ ਕਿੱਦਾਂ ਦਾ ਆ ਉਹ ਆ ਤਾਂ ਤੀਲਾਂ ਵਾਲੀ ਡੱਬੀ ਲਈ ਫਿਰਦਾ ਉਹ ਆ ਕਿੱਦਾਂ ਆ ਕੀ ਆ ਗੁੱਡ ਲੱਕ ਮੈਨ ਉਹ ਨਹੀਂ ਉਹ ਫੋਟੋਗ੍ਰਾਫਰ ਹੀ ਆ ਉਹਦਾ ਮੁੰਡਾ ਦਾ ਫੋਟੋਗ੍ਰਾਫਰ ਆ ਉਹ ਪਾਇਲਟ ਜਾਇਆ ਤੇ ਇਹਨੇ ਨਾਲ ਜਿਹੜਾ ਬੰਦਾ ਆਪਣੇ ਨਾਲ ਗੱਲ ਨਹੀਂ ਸੀ ਕਰਦਾ ਉਹ ਫੋਟੋਗ੍ਰਾਫਰ ਹੀ ਆ ਉਹਦਾ ਕੰਮ ਹੈ ਸਿਰਫ ਪ੍ਰੋਡਕਟ ਦੀ ਵੀਡੀਓ ਬਣਾਉਣੀ ਆਹ ਦੇਖ ਉਹਦੇ ਮੂਹਰੇ ਤਾਹੀਓ ਬਹਿ ਗਿਆ ਉਹਨੇ ਪਹਿਲਾਂ ਹੀ ਛਾਲ ਮਾਰ ਦੇਣੀ ਉਹਨਾਂ ਤੋਂ ਉਹਨੇ ਵੀਡੀਓ ਬਣਾਉਣੀ ਕਿਉਂਕਿ ਪਹਿਲਾਂ ਹੀ ਚੜ੍ਹ ਗਿਆ ਜਰਾ ਜੀ ਤੇਲ ਮੁੱਕ ਜੀ ਚਲਾਈਏ
ਲੈ ਬਈ ਸਤਾਂ ਉਹ ਚੜ ਗਿਆ ਨਿਕਲੀਏ ਫਿਰ ਚਲੋ ਆਪਾਂ ਵੀ ਜਿਹੜੀ ਆਪਣੇ ਜਹਾਜ਼ ਚ ਚਲੋ ਫਿਰ ਆ ਜਾਓ ਆ ਬੰਦਾ ਆਪਣੇ ਨਾਲ ਪੱਲਾ ਤਾਂ ਆਪਣੇ ਨਾਲ ਹੀ ਆ ਪੱਲਾ ਆ ਉਹ ਚਲੋ ਬੈਠੋ ਫਿਰ ਚਲੋ ਚਲੋ ਫਿਰ ਬੈਠੋ ਬੈਠੋ ਮੇਰਾ ਭਰਾ ਕਹਿੰਦੇ ਗੋਗਲੇ ਖਾਣੇ ਗੋਗਲੇ ਗੋਵਿੰਦ ਕਹਿੰਦਾ ਕਹਿੰਦਾ ਬਰਥਡੇ ਆ ਗੋਗਲੇ ਖਾਣੇ ਪਾਲਾ ਭਰਾਵਾ ਮਾਸਕ ਡਾਊਨ ਟਾਊਨ ਕਿੱਦਾਂ ਗੋਵਿੰਦ ਕਿੱਦਾਂ ਓਏ ਅੰਦਰ ਲੈ ਚੱਲਾਂਗੇ ਭਰਾ ਕਿਹੜੀ ਗੱਲ ਕਰਤੀ ਤੂੰ ਉਹ ਚਲੋ ਚਲੋ ਤੁਸੀਂ ਦੇ ਗਿਆ ਆਰਡਰ ਪਤਾ ਹੋਣਾ ਤਿੰਨ ਉਹ ਤੇ ਇੱਕ ਪੀਜ਼ਾ ਬਸ ਉਹ ਚਲੋ 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 ਕੋਈ ਬਾਕੀ ਬੰਦੇ ਵਿੱਚ ਹੀ ਆ ਹਜੇ ਜੋਦੇ ਹੋਰ ਫਿਰ ਮੇਰਾ ਭਰਾ ਕੋਈ ਗੱਲਬਾਤ ਸੁਣਾ ਜ਼ਿੰਦਗੀ ਦੀ ਹੈਂ ਭਾਈ ਲੱਕੀ ਭਾਈ ਲੈ ਕੇ ਮੈਸੇਜ ਦੇ ਦੇ ਚੱਲ ਹੈਂ ਪਿੰਡ 'ਚ ਕਿਸੇ ਲਈ ਮੈਸੇਜ ਦੇ ਦੇ ਚੱਲ ਪਿੰਡ 'ਚ ਕੀ ਮੈਸੇਜ ਦੇਈਏ ਗੱਗੀ ਤੂੰ ਮੇਰਾ ਭਰਾ ਠੀਕ ਆ ਸਭ ਵਧੀਆ ਭਾਜੀ ਕਾਇਮ ਆ ਨਾਮੀ ਤਾਂ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਸਿਹਤਾਂ ਬਸ ਕਾਇਮ ਮੇਰਾ ਭਰਾ ਮੈਂ ਹਾਂਜੀ ਇਧਰ ਨੂੰ ਜਾਣਾ ਆਪਾਂ ਕੀ ਗੱਲ ਹੋ ਗਈ ਮੁੰਡੇ ਯਾਰ ਤੜਫੀ ਫਿਰਦੇ ਆ ਭੱਲਾ ਜੀ ਸ਼ਹੀਦੀ ਦਊਗਾ ਭੱਲਾ ਜੀ ਸ਼ਹੀਦੀ ਦਊਗਾ ਨਹੀਂ ਉਹ ਖਾਣ ਵਾਲੀ ਚੀਜ਼ ਆ ਯਾਰ ਉਹ ਅੰਨ ਨਾ ਹੁਣ ਇੱਦਾਂ ਕਰੂਗਾ ਯਾਰ ਉਹ ਗੱਡੀ ਪਿੱਛੇ ਨੂੰ ਬੈਠੀ ਹੋਈ ਆ ਉਹ ਇੱਦਾਂ ਪਤਾ ਲੱਗਾ ਗੱਡੀ ਪਿੱਛੇ ਬੈਠੀ ਹੋਈ ਆ ਹੁਣ ਮੋਰੇ ਇੱਦਾਂ ਝੂਲਾ ਪੈਂਦਾ ਇੱਦਾਂ ਬਾਈ ਤੂੰ ਰਾਈਡ ਕਰ ਲੈ ਹੁਣ ਰਾਈਡ ਕਰ ਲੈ ਬਾਈ ਪਿੱਛੇ ਤਾਂ ਕੀ ਬੜੇ ਬੈਠੇ ਆ ਆਪਾਂ ਉਹ ਗੱਡੀ ਚ ਰਾਈਡ ਆ ਬੱਸ ਦੇ ਪਿੱਛੇ ਹੀ ਲੈਣਾ ਬੱਸ ਰਾਈਡ ਤਿੰਨ ਇਹ ਤਾਂ ਬਾਈ ਹੌਲੀ ਆ ਤੇ ਟੁਆ ਆ ਨਹੀਂ ਹੌਲੀ ਤਾਂ ਨਹੀਂ ਆ ਇਹ ਚੜ ਚਾੜਦੇ ਪਹਾੜ ਤੇ ਚੱਲ ਪਰਿੰਦੇ ਜਾਣਦੇ ਮੇਰਾ ਵੀ ਰੁਪਰ ਗਰਮੀ ਉਹ ਪਤਾ ਕੀ ਕਰਦੇ ਆ ਉਹ ਖਾ ਪੀ ਕੇ ਨਾ ਪਹਾੜ ਉਤਰਦੇ ਆ ਥੱਲੇ ਠੀਕ ਆ ਸਿੱਧਾ ਹੀ ਛਾਲ ਮਾਰ ਕੇ ਸਿੱਧਾ ਇੱਕ ਵਾਰੀ ਸਿੱਧਾ ਇੱਕੋ ਵਾਰੀ
ਖਤਰੋਂ ਕੇ ਖਿਲਾੜੀ ਬਣਨਾ ਅੱਜ ਰੋਹਿਤ ਸ਼ੈਟੀ ਕੌਣ ਪੂਰੀ ਡਾਇਰੈਕਸ਼ਨ ਉਹ ਮੁੜ ਕੇ ਬ੍ਰੇਕ ਦੀ ਲਾਉਣੀ ਪਿੱਛੋਂ ਲਾਉਣੀ ਪੈਂਦੀ ਹੈ ਇਹ ਸਾਰਾ ਟਰੱਕ ਆ ਪਿੱਛੋਂ ਲਾਉਣੀ ਪੈਣੀ ਹੈ ਜਿੰਨਾ ਭਾਰ ਪਾਇਆ ਰੁਕਦੀ ਹੌਲੀ ਆ ਗੱਡੀ ਉਹ ਨਹੀਂ ਲਾਉਂਦਾ ਗੋਬਿੰਦ ਕਹਿੰਦਾ ਭੈਣ ਜੇ ਇੱਥੋਂ ਲਾਉਣਾ ਤਾਂ ਲਾਓ ਬ੍ਰੇਕ ਤਾਂ ਉਹ ਜਾ ਕੇ ਰੁਕਦਾ ਟਰੱਕ ਐਵੇਂ ਝੂਠ ਬੋਲਦਾ ਹੁੰਦਾ ਗੋਬਿੰਦ ਤੂੰ ਟਰੱਕ ਤੇ ਛੱਡ ਦੇਣਾ ਸੀ ਯਾਰ ਮੈਨੂੰ ਕੋਈ ਟੈਂਪੂ ਨਹੀਂ ਦਿੰਦਾ ਉਹ ਟਰੱਕ ਤੇ ਨਹੀਂ ਚੜਿਆ ਚੜਿਆ ਸੀ ਲਾਹ ਤਾ ਉਹਨਾਂ ਨੇ ਲਾਹ ਤਾ ਕੋਈ ਗੱਲ ਬਾਤ ਸੁਣਾਓ ਯਾਰ ਹੱਸੇ ਵਾਲੀ ਪਿੰਡ ਦੀ ਗੱਲ ਬਾਤ ਸੁਣਾਓ ਕੋਈ ਮੇਰੀ ਗੱਲ ਸੁਣੋ ਪੱਲਾ ਕਿੱਥੇ ਆ ਤੇ ਫਿਰ ਆਪਾਂ ਰੈਪ ਗਵਾਈਏ ਸ਼ੇਰੇ ਤੋਂ ਦੋ ਚਾਰ ਗੋਬੀ ਜਨਮ ਜਨਮ ਦਿਨ ਸਹੀ ਮਨਾ ਹੋ ਰਿਹਾ ਖੁਸ਼ ਆ ਤੀਆਂ ਲੱਗੀਆਂ ਹੋਈਆਂ ਨਹੀਂ ਛੱਡ ਰਹੇ